हाँ जी, सत श्री अकाल जी दोस्तों। हुण मैं पहुँच चुकिया जी अज हवेली जलंधर, तो मैं थोड़ा तो अंदर जाके सारा जिहड़ा इत्थों दा व्यू आ उह दिखाउणा आ। ते गाइस, जेकर तुसीं पहली बार मेरे चैनल ते आए हो तां चैनल नूं जरूर सबसक्राइब कर लेना, क्योंकि मैं बहुत सारिया एंटरटेन दीआं जिहड़ियां वीडियोज़ आ लै के आउंदा रहिंदा आ। ते चलो मैं तुहानूं दिखाउणा आ थोड़ा व्यू। तो जी हाँ दोस्तों, यह वाली जी जगह हैगी बच्चों वास्ते, जेकर एंटरटेन करना चाहते हैं, जेकर तुहाडी यंग एज आ, जेकर तुसीं भी एंटरटेनमेंट करना चाहते हैं, तो ये जिहड़ा वा 80 रुपीज़ दे चार्जिज आ, 3 मिनट वास्ते राइड तुसीं लै सकते हैं। बहुत वास्ते इफ यू वॉन्ट टू इंजॉय हीयर इन हवेली दैन मस्ट कम ओवर हीयर एंड इंजॉय योर डे। जुत्ती तो बहुत वधिया आ। किन्ने चार्जिस है जी ये? 1200 दी है चार्जिस लिखे हुए। 1200 2000 दे विच स्टाफ ते माड़ा नहीं है। 2000 दी भी है वो, इस तो भी लाइट वेट है। अच्छा, वो केड़ी है? वो सामने है वाली जी। बहुत वधिया स्टाफ आ। ए जी, बच्चों वास्ते जेडियां गेम्स है इतने, तुसी गेम्स भी
ਆ ਵੇਖੋ ਕਿੱਡੇ ਸੋਹਣੇ ਝੂਲੇ ਆ ਜੀ, ਬੱਚਿਆਂ ਵਾਸਤੇ ਬਹੁਤ ਵਧੀਆ ਐਂਟਰਟੇਨ ਆ, ਅਤੇ ਤੁਸੀਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਲਿਆ ਕੇ ਇੱਥੇ ਐਂਟਰਟੇਨ ਕਰਵਾ ਸਕਦੇ ਹਾਂ, ਅਤੇ ਇਹ ਦੇਖੋ ਗੇਮਸ ਵੀ ਬੱਚਿਆਂ ਨੂੰ ਖਿਲਵਾ ਸਕਦੇ ਹਾਂ। ਆਹ ਦੇਖੋ ਜੀ, ਇੱਥੇ ਜਿੰਨੀਆਂ ਵੀ ਲਾਈਕ ਗੇਮਸ ਹੈਗੀਆਂ ਬੱਚਿਆਂ ਵਾਸਤੇ, ਅਤੇ ਇਹ ਆਪਾਂ ਇੱਥੇ ਬੱਚਿਆਂ ਨੂੰ ਗੇਮਸ ਵੀ ਖਿਲਾ ਸਕਦੇ ਹਾਂ। ਵੀ ਇੱਥੇ ਖਲੋਤਾ ਹੋਇਆ ਆ, ਦੋਸਤੋ ਇਹ ਹੈ ਹੀ ਗੇਮ ਆ, ਅਤੇ ਇਸ ਕਰਕੇ ਆਪਣੀ ਤਾਂ ਪੈ ਗਈ ਇਹ ਗੇਮ, ਕਿਉਂਕਿ ਆਹ ਵਾਲਾ ਜਿਹੜਾ ਪੰਜਾ ਆ ਇਹਦੇ ਵਿੱਚ ਮੈਂ ਆਲਰੇਡੀ ਇਹਨੂੰ ਆਹ ਵਾਲੇ ਜਿਹੜੇ ਆ ਇਹਨਾਂ ਨੂੰ ਮੈਂ ਕਰ ਲਿਆ ਸੀ, ਬਟ ਅਨਫੋਰਚੁਨੇਟਲੀ ਇਹਨੇ ਪਿੱਕ ਨਹੀਂ ਜੇ ਕੀਤਾ, ਅਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਗੇਮ ਹੀ ਪੈ ਗਈ ਜੇ 60 ਪਰ ਗੇਮ, ਅਤੇ ਤੁਸੀਂ ਥੋੜ੍ਹਾ ਧਿਆਨ ਨਾਲ ਆ ਕੇ ਕਰਿਓ। ਭਾਜੀ ਰੰਗਲਾ ਪੰਜਾਬ ਕਿਹੜੀ ਸਾਈਡ 'ਤੇ ਆ? ਇਸ ਕਰਕੇ ਆਪਾਂ ਤੁਹਾਨੂੰ ਨੈਕਸਟ ਟਾਈਮ ਕਿਤੇ ਦਿਖਾਵਾਂਗੇ। ਫਿਲਹਾਲ ਜਿਹੜੀ ਆ ਸ਼ੋਪਸ ਦੇ ਉੱਪਰ ਤੁਸੀਂ ਜਿਹੜਾ ਸਮਾਨ ਆ ਉਹ ਤੁਸੀਂ ਬਾਏ ਕਰ ਸਕਦੇ ਆ, ਇਹ ਬਹੁਤ ਚੀਪਰ ਆ, ਐਂਡ ਜਿਹੜੀਆਂ ਥਿੰਗਸ ਹੈਗੀਆਂ ਆਲਮੋਸਟ ਪ੍ਰੀਟੀ ਸਿਮੀਲਰ ਟੇਬਲ ਬੈਠਦੇ ਹਾਂ ਅਤੇ ਫੂਡ ਦਾ ਇੰਤਜ਼ਾਰ ਕਰਦੇ ਹਾਂ, ਬਹੁਤ ਦੇਰ ਦਾ ਔਡਰ ਕੀਤਾ ਹੋਇਆ ਦੇਖਦੇ ਹਾਂ ਕਿੱਦਾਂ ਦਾ ਆ। ਆਹ ਦੇਖੋ ਜੀ ਖਾਣਾ, ਹਾਂਜੀ ਦੋਸਤੋ ਖਾਣੇ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ, ਬਹੁਤ ਹੀ ਸਪਾਈਸੀ ਅਤੇ ਡਿਲੀਸ਼ੀਅਸ ਖਾਣਾ ਸੀ, ਬਾਕੀ ਬਿੱਲ ਦਾ ਵੇਟ ਕਰਦੇ ਹਾਂ, ਫਿਰ ਆਪਾਂ ਬਿੱਲ ਪੇ ਕਰਕੇ ਫਿਰ ਆਪਾਂ ਚੱਲਦੇ ਹਾਂ ਜੀ ਨੈਕਸਟ ਲੋਕੇਸ਼ਨ 'ਤੇ। ਅਤੇ ਗਾਈਸ ਅੱਜ ਦੇ ਲਈ ਸਿਰਫ ਇਤਨਾ ਹੀ, ਅਤੇ ਹੋਪ ਯੂ ਲਾਈਕ ਦਿਸ ਵੀਡੀਓ, ਐਂਡ ਜੇ ਗਾਈਸ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਚੈਨਲ 'ਤੇ ਨਵੇਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਬਹੁਤ ਸਾਰੀਆਂ ਐਂਟਰਟੇਨਿੰਗ ਵੀਡੀਓਜ਼ ਜਿਹੜੀਆਂ ਤੁਹਾਡੇ ਨਾਲ ਮੈਂ ਫੂਡ ਲੈ ਕੇ ਆਉਣ ਵਾਲਾ, ਅਤੇ ਫਿਊਚਰ ਦੇ ਵਿੱਚ ਮੈਂ ਤੁਹਾਡੇ ਨਾਲ ਮੈਕਸੀਮਮ ਵੀਡੀਓਜ਼ ਜਿਹੜੀਆਂ ਉਹ ਤੁਹਾਨੂੰ ਸ਼ੇਅਰ ਕਰਾਂਗਾ। ਥੈਂਕ ਯੂ ਸੋ ਮਚ ਗਾਈਸ, ਲਵ ਯੂ ਆਲ, ਬਾਏ ਬਾਏ। ਐਂਡ ਥੋੜ੍ਹਾ ਜਿਹਾ ਵਿਊ ਅਜੇ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ, ਜਿਹੜਾ ਆਊਟ ਦਾ ਥੋੜ੍ਹਾ ਵਿਊ ਹੈ।